ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਨੀਤ ਕਿਚਨ ਵਲੋਗ। ਅਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਜੀ, ਉਹ ਹੈਗਾ ਜੀ ਬਰੋਕਲੀ ਅਤੇ ਮਸ਼ਰੂਮ ਸਟਿਰ ਫਰਾਈ, ਬਰੋਕਲੀ ਮਸ਼ਰੂਮ। ਅਤੇ ਇਹ ਅਸੀਂ ਜਿਹੜੀ ਆ ਮਸ਼ਰੂਮ ਕੱਟ ਲਈਆਂ ਨੇ, ਖੁੰਬਾਂ ਕੱਟ ਲਈਆਂ। ਪਹਿਲਾਂ ਇਹਨਾਂ ਨੂੰ ਗਰਮ ਪਾਣੀ 'ਚ ਦੋਨੇ ਚੀਜ਼ਾਂ ਮੈਂ ਗਰਮ ਪਾਣੀ 'ਚ ਧੋਤੀਆਂ ਨੇ ਚੰਗੀ ਤਰ੍ਹਾਂ। ਅਤੇ ਫਿਰ ਆਪਾਂ ਇੱਦਾਂ ਛੋਟੇ ਛੋਟੇ ਪੀਸਿਸ ਵਿੱਚ ਇਹਨੂੰ ਕੱਟ ਲਿਆ, ਬਰੋਕਲੀ ਨੂੰ ਕੱਟ ਲਿਆ। ਅਤੇ ਦੋ ਪੀਸ ਅਸੀਂ ਜਿਹੜੇ ਆ ਇਹਦੇ ਕਰ ਲਏ ਆ ਮਸ਼ਰੂਮ ਦੇ ਕਰ ਲਏ ਆ। ਆਹ ਚੀਜ਼ ਤੁਸੀਂ ਹਟਾਉਣੀ ਹਟਾ ਵੀ ਸਕਦੇ, ਪਰ ਅਸੀਂ ਨਾਲ ਹੀ ਰੱਖੀ ਆ। ਅਤੇ ਇੱਧਰ ਲੈਂਦੇ ਜੀ ਅਸੀਂ ਇੱਕ ਪੈਨ, ਇਹਦੇ 'ਚ ਪਾਵਾਂਗੇ ਥੋੜ੍ਹਾ ਜਿਹਾ ਆਇਲ, 3 ਚਮਚੇ ਮੈਂ ਲਏ ਆਇਲ ਦੇ। ਤੇਲ ਗਰਮ ਹੋਣ 'ਤੇ ਅਸੀਂ ਇਹਦੇ 'ਚ ਐਡ ਕਰਾਂਗੇ ਥੋੜ੍ਹਾ ਜਿਹਾ ਅਦਰਕ। ਕੱਟ ਕੇ ਪਾ ਲਓ ਜਾਂ ਗਰੇਟ ਕਰਕੇ ਪਾ ਲਓ ਜਾਂ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਪਾ ਲਓ। ਨਾਲ ਹੀ ਅਸੀਂ ਪਾਵਾਂਗੇ ਜੀਰਾ, ਇਹਦੇ ਵਿੱਚ ਐਡ ਕਰਾਂਗੇ ਥੋੜ੍ਹੇ ਜਿਹੇ ਚਿੱਲੀ ਪੇ। ਤੁਸੀਂ ਮਿਰਚ ਔਰਤਾਂ ਵੀ ਪਾ ਸਕਦੇ ਜੀ, ਕਿਸੇ ਵੀ ਮਿਰਚ ਵੀ ਪਾ ਸਕਦੇ ਜੀ। ਪਰ ਸਾਡੇ ਕੋਲ ਸਹੀ ਸੀ ਇਹ, ਆਪਾਂ ਵੀ ਪਾ ਲਏ। ਹੁਣ ਅਸੀਂ ਇਹਦੇ ਪਾਉਂਗੇ ਥੋੜ੍ਹੀ ਜਿਹੀ ਹਲਦੀ, ਨਾਲ ਹੀ ਪਾਵਾਂਗੇ ਅਸੀਂ ਥੋੜ੍ਹਾ ਜਿਹਾ ਨਮਕ। ਇਹਦੇ ਵਿੱਚ ਅਸੀਂ ਪਹਿਲਾਂ ਕਰ ਦਾਂਗੇ ਮਸ਼ਰੂਮ ਐਡ। ਪਕਾਵਾਂਗੇ 5 ਮਿੰਟ। ਲਓ ਜੀ ਇੱਕ ਵਾਰੀ ਆਪਾਂ ਚੈੱਕ ਕਰਦੇ ਹਾਂ ਇਹਨਾਂ ਨੂੰ। ਮਸ਼ਰੂਮ ਜਿਹੜੀਆਂ ਪਾਣੀ ਛੱਡ ਜਾਂਦੀਆਂ, ਅਤੇ ਹੁਣ ਇਹਨਾਂ ਨੇ ਪਾਣੀ ਕਾਫੀ ਛੱਡਿਆ। ਆਪਾਂ 2 ਮਿੰਟ ਬਾਅਦ ਹੀ ਚੈੱਕ ਕਰ ਲਿਆ, 2 ਮਿੰਟ ਬਾਅਦ ਹੋਰ ਆਪਾਂ ਰੱਖਦੇ ਹਾਂ ਜੀ। ਲਓ ਜੀ ਹੁਣ ਆਪਾਂ ਇਹਦੇ ਵਿੱਚ ਬਰੋਕਲੀ ਐਡ ਕਰ ਦਿੰਦੇ ਹਾਂ। ਇਹਨੂੰ ਢੱਕ ਕੇ 5 ਮਿੰਟ ਪਕਾ ਲਾਂਗੇ। ਫਿਰ ਆਪਾਂ 2 ਮਿੰਟ ਢੱਕ ਕੇ ਪਕਾ ਲਾਂਗੇ। ਬਿਲਕੁਲ ਡਰਾਈ ਹੋ ਗਈ ਹੈ, ਦੇਖ ਸਕਦੇ ਹਾਂ। ਇਹਦੇ ਵਿੱਚ ਪਾਉਣੇ ਵੀ ਥੋੜ੍ਹੀ ਜਿਹੀ ਖਾਲੀ ਹੈ, ਕੁੱਟੀ ਹੋਈ। ਫਿਰ ਕਰ ਲਾਂਗੇ ਲਓ ਜੀ
ब्रोकली ते मशरूम स्टिर फ्राई रेडी ने। वीडियो चंगी लगी तो लाइक शेयर ते कमेंट जरूर करो। चैनल पे पहली बार आए तो चैनल में सब्सक्राइब करो। मिलते हैं नैक्सट डे नैक्सट वीडियो ना।